ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਆਪਾਂ ਖੜ੍ਹੇ ਹਾਂ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਵੀ ਲੁਧਿਆਣਾ ਹੀ ਆ। ਨੌਰਥ ਈਸਟ ਵਿੱਚ ਜਦੋਂ ਆਪਾਂ ਸਫ਼ਰ ਕੀਤਾ ਸੀ ਤਾਂ ਅਸਾਮ ਦੇ ਜ਼ਿਲ੍ਹਾ ਤੇਜਪੁਰ ਦੇ ਵਿੱਚ ਆਪਾਂ ਮਿਲੇ ਸੀ ਬਾਈ ਸ਼ਮਿੰਦਰ ਸਿੰਘ ਗਰੇਵਾਲ ਹੋਣਾ ਨੂੰ। ਉੱਥੇ ਗੁਰਦੁਆਰਾ ਸਾਹਿਬ 'ਚ ਆਪਾਂ ਰਾਤ ਰਹੇ ਸੀਗੇ, ਉਦੋਂ ਜਿਨ੍ਹਾਂ ਨੇ ਵੀਡੀਓ ਦੇਖੀਆਂ ਉਹ ਜਾਣਦੇ ਹੋਣਗੇ। ਹੁਣ ਆਪਾਂ ਪਿੰਡ ਸਰਾਭੇ ਆਏ ਹੋਏ ਸੀ, ਉਹ ਬਾਈ ਜੀਤ, ਅਤੇ ਆਪਾਂ ਖੜ੍ਹੇ ਹਾਂ ਘਰ ਦੇ ਅੱਗੇ। ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਹੋਣਾ ਦਾ ਘਰ ਆ। 1896 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ 1915 ਦੇ ਵਿੱਚ ਕਰਤਾਰ ਸਿੰਘ ਸਰਾਭਾ ਹੋਣਾ ਦੀ ਸ਼ਹੀਦੀ ਹੋਈ, ਉਹਨਾਂ ਨੂੰ ਫਾਂਸੀ ਹੋਈ। ਅਤੇ ਕਿੰਨੀ ਉਮਰ ਸੀ ਆਪਣਾ ਸੁਮਿੰਦਰ? 18 ਸਾਲ 9 ਮਹੀਨੇ ਦੀ ਉਮਰ ਦੇ ਵਿੱਚ ਸ਼ਹੀਦੀ ਹੋਈ ਆ। ਪਰ ਕਹਿੰਦੇ ਹੁੰਦੇ ਨੇ ਜਦੋਂ ਬੰਦਾ ਕੰਮ ਵੱਡੇ ਕਰਜੇ ਤਾਂ ਉਹਨੂੰ ਵੱਡੇ ਨਾਮ ਨਾਲ ਬੁਲਾਇਆ ਜਾਂਦਾ, ਅਤੇ ਪਿੰਡ ਦੇ ਵਿੱਚ ਕਿਹਾ ਜਾਂਦਾ ਵੀ ਬਾਬੇ ਦੇ ਘਰ ਜਾਣਾ, ਬਾਬਾ ਜੀ ਦੇ ਘਰ। ਅਤੇ ਹੁਣ ਆਪਾਂ ਕਰਤਾਰ ਸਿੰਘ ਸਰਾਭਾ ਹੋਣਾ ਦੇ ਘਰ ਦੇ ਸਾਹਮਣੇ ਖੜ੍ਹੇ ਹਾਂ, ਦੂਜੇ ਪਾਸਿਓਂ ਦੇਖਦੇ ਹਾਂ ਅਤੇ ਘਰ ਅੰਦਰੋਂ ਕਿਹੋ ਜਿਹਾ, ਕਿਵੇਂ ਦਾ ਸਾਂਭ ਸੰਭਾਲ ਆ, ਉਹ ਕੁਛ ਗੱਲਾਂ ਵੀ ਕਰਾਂਗੇ ਬਾਈ ਹੋਣਾ ਨਾਲ ਆਪਾਂ। ਇਹ ਘਰ ਆ ਬਾਈ, ਜੱਦੀ ਘਰ, ਅਤੇ ਉਹ ਉੱਤੇ ਜਿਹੜਾ ਝੰਡਾ ਲੱਗਿਆ ਹੋਇਆ ਉਹ ਗਦਰ ਪਾਰਟੀ ਦਾ ਝੰਡਾ ਹੈ। 1896 ਦੇ ਵਿੱਚ ਜਨਮ ਹੋਇਆ। ਜਿਹੜਾ ਇੱਥੇ ਸੰਖੇਪ ਜੀਵਨੀ ਆ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਦੀ ਲਿਖੀ ਹੋਈ ਆ। ਉਹਨਾਂ ਦੇ ਪਿਤਾ ਦਾ ਨਾਂ ਸੀ ਸਰਦਾਰ ਮੰਗਲ ਸਿੰਘ, ਮਾਤਾ ਸਾਹਿਬ ਕੌਰ। 24 ਮਈ 1896 ਅਤੇ ਸ਼ਹੀਦੀ ਦਿਹਾੜਾ 16 ਨਵੰਬਰ 1915। ਇਹ ਮੁੱਖ ਜਿਹੜਾ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਆਹੀ ਆ ਵੀਰੇ? ਠੀਕ ਆ, ਉਹ ਬੈਠਕ ਦਾ ਬੂਹਾ ਜਿਹੜਾ ਖੋਲਿਆ ਜਾਂਦਾ। ਠੀਕ ਆ, ਆ ਜਾਓ ਬਾਈ ਅੰਦਰ ਨੂੰ, ਦੇਵ ਆ ਜਾ ਵੀਰੇ। ਇੱਧਰ ਨੂੰ ਆਵਾਜ਼ ਆਈ ਜਾਂਦੀ, ਆਪਾਂ ਅੰਦਰ ਚੱਲ ਕੇ ਕਰਦੇ ਹਾਂ ਗੱਲ। ਇੱਧਰ ਆਹ ਆਵਾਜ਼ ਆਉਂਦੀ ਆ, ਘੱਟ ਕਰ ਦਿਓ ਮਾੜੀ ਜੀ ਆਵਾਜ਼। ਕੈਮਰੇ 'ਚ ਜਿਹੜੇ ਆਪਣੇ ਨਾਲ ਵੀਰ ਆ ਇਹ ਇਸੇ ਪਿੰਡ ਦੇ ਆ, ਸਰਾਭਾ ਪਿੰਡ ਦੇ, ਅਤੇ ਵੱਡਾ ਮਾਣ ਸਤਿਕਾਰ ਹੁੰਦਾ ਯੋਧਿਆਂ ਦਾ। ਬਾਈ ਜੀ ਇਹ ਦੱਸੋ ਪਹਿਲਾਂ ਤਾਂ ਵੀ ਘਰ ਜਿਹੜਾ ਇਹ ਹੈਗਾ ਕਦੋਂ ਕਿ ਰੈਨੋਵੇਟ ਕੀਤਾ ਦੁਬਾਰੇ ਮੁਰੰਮਤ? ਲਗਭਗ 2000 ਦੇ ਲਵੇ ਤਵੇ, ਜਦੋਂ ਤੁਸੀਂ ਨਿੱਕੇ ਹੁੰਦੇ ਨੇ ਘਰ ਦੇਖਿਆ, ਟੁੱਟਿਆ ਦੇਖਿਆ? ਹਾਂਜੀ ਟੁੱਟਿਆ ਹੋਇਆ ਸੀਗਾ ਜੀ, ਬਿਲਕੁਲ ਛੱਤਾਂ ਦੀਆਂ ਡਿੱਗ ਪਈਆਂ ਸੀਗੀਆਂ। ਠੀਕ ਆ ਵੀਰੇ, ਇਹਨੂੰ ਰੈਨੋਵੇਟ ਕੀਤਾ ਗਿਆ ਜੀ, ਲਗਭਗ 2000 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਉਸ ਟਾਈਮ ਜੀ ਬਾਈ, ਉਸ ਸਾਲ ਦੇ ਵਿੱਚ ਇਹਨੂੰ ਜੀ ਰੈਨੋਵੇਟ ਕੀਤਾ ਗਿਆ ਸੀ। ਠੀਕ ਆ ਵੀਰੇ, ਤੇ ਜਿਵੇਂ ਉਹ ਤਾਂ ਗਾਰਡਨਾਂ ਤੇ ਆਪਾਂ ਦੇਖਿਆ ਹਨਾ ਵੀ ਦੂਜਾ ਉਹ ਦਿੱਤੀ ਹੋਈ ਆ, ਲੱਕੜ ਦੇ ਲੱਗਦੇ ਆ ਉਹ ਦੂਜੀਆਂ ਸਟੀਰੀਆਂ, ਸੰਦੂਕੀ ਛੱਤ ਜਿਵੇਂ ਵੀਰੇ ਪਹਿਲਾਂ ਸੰਦੂਕੀ ਛੱਤਾਂ ਪਾਉਂਦੇ ਹੁੰਦੇ ਸੀ ਆਪਣੇ ਹਨਾ। ਹਾਂ ਬਾਈ, ਪਿੰਡਾਂ ਦੇ ਵਿੱਚ ਪਹਿਲਾਂ ਪਹਿਲੀ ਗੱਲ ਤਾਂ ਪੱਕੇ ਘਰ ਵੀ ਸੀ ਕਿਸੇ ਕੋਲੇ ਹੁੰਦੇ ਜੀ, ਤਾਂ ਬਹੁਤ ਘੱਟ ਘਰ ਹੁੰਦੇ ਸੀ ਜਿਹੜੇ ਪੱਕੇ ਹੁੰਦੇ ਸੀ, ਪਰ ਕਰਨਾ ਸਰਾ ਭਾਜੀ ਇੱਕ ਵਧੀਆ ਚੰਗੇ ਸਰਦੇ ਪੁੱਜਦੇ ਪਰਿਵਾਰ ਨਾਲ ਸੰਬੰਧਿਤ ਸੀ, ਸੋ ਇਹਨਾਂ ਦਾ ਘਰ ਵੀ ਵਧੀਆ ਬਣਿਆ ਹੋਇਆ ਸੀ। ਤੇ ਸੰਦੂਕੀ ਛੱਤਾਂ ਬਾਈ ਜੀ ਪੁਰਾਣੇ ਜ਼ਮਾਨੇ ਦੀਆਂ ਜਿੱਦਾਂ ਬਣੀਆਂ ਹੋਈਆਂ ਨੇ, ਤੇ ਹੁਣ ਕਾਫੀ ਇਹਨੂੰ ਵਧੀਆ ਮਤਲਬ ਮੇਨਟੇਨ ਸਰਕਾਰ ਵੱਲੋਂ ਵੀ ਤੇ ਕੁਝ ਪਿੰਡ ਦੇ ਸਹਿਯੋਗ ਨਾਲ ਵੀ ਰੱਖਿਆ ਹੋਇਆ। ਅੱਛਾ ਇੱਕ ਗੱਲ ਹੋਰ ਆ ਵੀ ਸ਼ਹੀਦਾਂ ਦੇ ਕਰਤਾਰ ਸਿੰਘ ਸਰਾਭਾ ਹੋਣਾ ਦੇ, ਇਹਨਾਂ ਦੇ ਪਰਿਵਾਰ ਦਾ ਕੋਈ ਜੀ ਹੈਗਾ? ਨਹੀਂ, ਇਹਨਾਂ ਦੇ ਪਰਿਵਾਰ ਦਾ ਡਾਇਰੈਕਟ ਤਾਂ, ਕਿਉਂਕਿ ਇਹਨਾਂ ਦੀ ਬਹੁਤ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਫਾਂਸੀ। ਹਾਂ, ਦੂਜੇ ਕੋਈ ਚਾਚੇ ਤਾਇਆਂ ਚੋਂ? ਚਾਚੇ ਤਾਇਆਂ ਦੇ ਵਿੱਚ ਇਹਨਾਂ ਦੇ ਇੱਕ ਪਰਿਵਾਰ ਮੋਹਾਲੀ ਵੱਸਦਾ ਸੀ ਜੀ। ਠੀਕ ਆ, ਸ਼ੇਰ ਸਿੰਘ ਜੀ। ਠੀਕ ਆ ਵੀਰੇ, ਉਹਨਾਂ ਦੇ ਬੱਚੇ ਕੁਝ ਪਟਿਆਲੇ ਰਹਿੰਦੇ ਨੇ, ਕੁਝ ਕੈਨੇਡਾ ਅਮਰੀਕਾ ਵੀ ਚਲੇ ਗਏ ਨੇ, ਤੇ ਉਹ ਹੈਗੇ ਸੀਗੇ ਜੀ, ਤੇ ਇੱਕ ਇਹਨਾਂ ਦੀ ਭੈਣ ਸੀ ਰਾਜੋ ਨੇ। ਠੀਕ ਆ, ਸਾਡੇ ਇੱਥੇ ਪਿੰਡਾਂ ਨਾਲ। ਠੀਕ ਆ ਵੀਰੇ, ਦੂਰੀ ਤੇ ਰਾਜੋ ਨਾਲ, ਤੇ ਉੱਥੇ ਸੀਗੇ ਜੀ ਉਹਨਾਂ ਦੇ ਪਰਿਵਾਰ 'ਚ ਅੱਗੇ ਉਹਨਾਂ ਦੀਆਂ ਧੀਆਂ, ਉਹਨਾਂ ਦੇ ਪੁੱਤਰ ਹੈਗੇ ਨੇ ਜੀ, ਤੇ ਉਹ ਮਤਲਬ ਜਿਵੇਂ ਜਨਮ ਦਿਨ ਤੇ ਤੇ ਸ਼ਹੀਦੀ ਦਿਵਸ ਵਾਲੇ ਦਿਨ ਅਕਸਰ ਆਉਂਦੇ ਰਹਿੰਦੇ ਨੇ। ਠੀਕ ਆ, ਤੇ ਅਜੋ ਸੁਮਿੰਦਰ ਗਾਹਾਂ ਬਾਈ, ਤੇ ਘਰ ਦੀ ਇਹਦੀ ਸੇਵਾ ਸੰਭਾਲ ਕੌਣ ਕਰਦਾ? ਸੇਵਾ ਸੰਭਾਲ ਜੀ ਆਮ ਤੌਰ ਤੇ ਸਾਰਾ ਨਗਰੀ ਕਰਦਾ। ਠੀਕ ਆ ਜੀ, ਬਹੁਤ ਹੀ ਇਹਦੀ ਜਿਹੜੀ ਮਤਲਬ ਪ੍ਰਬੰਧਕੀ ਤੌਰ ਤੇ ਜ਼ਿੰਮੇਵਾਰੀ ਪੰਜਾਬ ਦਾ ਜਿਹੜਾ ਪੁਰਾਤੱਤਵ ਵਿਭਾਗ ਆ ਉਹਦੇ ਕੋਲੇ ਆ ਜੀ। ਠੀਕ ਆ ਵੀਰੇ, ਪੁਰਾਤੱਤਵ ਵਿਭਾਗ ਵੱਲੋਂ ਇੱਥੇ ਇੱਕ ਇੰਪਲਾਈ ਉਹਨਾਂ ਨੇ ਰੱਖਿਆ ਹੋਇਆ ਜੀ, ਚੌਕੀਦਾਰ ਵੀਰ ਹੈ, ਤੇ ਉਹ ਸਾਰਾ ਇਹਦੀ ਦੇਖਭਾਲ, ਇਹਨੂੰ ਜਿੰਦਾ ਲਾਉਣਾ, ਖੋਲ੍ਹਣਾ, ਸਵੇਰੇ ਸ਼ਾਮ ਆਏ ਹੋਏ ਦਰਸ਼ਕਾਂ ਨੂੰ ਜਾਂ ਦੇਖਣ ਵਾਲੇ ਜਿਹੜੇ ਸੰਗਤ ਹੈ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਨੂੰ ਉੱਥੇ ਸਾਰੇ ਬਾਰੇ ਜਾਣਕਾਰੀ ਦਿੰਦੇ ਆ। ਅੱਜ ਕੁਛ ਮੇਰੇ ਖਿਆਲ ਬਿਮਾਰ ਕਰਕੇ ਛੁੱਟੀ ਤੇ ਨੇ ਜੀ। ਠੀਕ ਆ, ਅਕਸਰ ਇੱਥੇ ਹੁੰਦੇ ਹੀ ਨੇ। ਠੀਕ ਆ। ਅੱਛਾ ਜਿਵੇਂ ਉਹ ਸਮਾਨ ਪਿਆ ਵੀਰੇ ਹਨਾ, ਸੰਦੂਕ, ਚਰਖਾ, ਇਹ ਸਾਰਾ ਕੁਛ ਉਹਨਾਂ ਦੇ ਘਰ ਦਾ? ਨਹੀਂ ਨਹੀਂ, ਇਹ ਘਰ ਦਾ ਨਹੀਂ ਜੀ, ਮਤਲਬ ਗਲਤ ਗੱਲ ਹੋ ਜਾਂਦੀ ਹੈ ਕਹਿਣ ਵਾਲੀ। ਇਹ ਮਤਲਬ ਪਿੰਡ ਦੇ ਵਿੱਚ ਜਿਵੇਂ ਕਿਸੇ ਕੋਲੇ ਕੋਈ ਪੁਰਾਣੀਆਂ ਚੀਜ਼ਾਂ ਪਈਆਂ ਸੀ, ਅੰਟੀਕ ਚੀਜ਼ਾਂ ਇੱਕ ਦੋ, ਉਹ ਵੀ ਸਿਰਫ ਸਜਾਵਟ ਦੇ ਲਈ ਰੱਖੀਆਂ ਨੇ। ਠੀਕ ਆ ਵੀਰੇ, ਮਤਲਬ ਕਿਉਂ ਪੁਰਾਣੀ ਲੁੱਕ ਦੇਣ ਲਈ ਸਾਰਾ ਕੁਝ ਰੱਖਤਾ, ਤਾਂ ਕਿ ਜਿਹੜੇ ਬੱਚੇ ਆਉਂਦੇ ਨੇ ਸਕੂਲਾਂ ਦੇ ਵਿੱਚੋਂ ਨਵੇਂ, ਉਹ ਇਹ ਮਹਿਸੂਸ ਕਰਨ ਕਿ ਸਾਡਾ ਜਿਹੜਾ ਇਤਿਹਾਸ ਸੀ ਉਹ ਕਿਸ ਤਰ੍ਹਾਂ ਦਾ ਸੀ, ਸਾਡੇ ਬਜ਼ੁਰਗ ਕਿੱਦਾਂ ਦੀਆਂ ਚੀਜ਼ਾਂ ਨੂੰ ਯੂਜ਼ ਕਰਦੇ ਸੀ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ। ਬਿਲਕੁਲ ਬਾਈ, ਚਲੋ ਬਾਈ ਸੁਮਿੰਦਰ, ਆਹ ਜਿਹੜਾ ਬਾਹਰਲਾ ਮੁੱਖ ਦਰਵਾਜ਼ਾ ਸੀ ਉਹ ਇੱਥੇ ਖੁੱਲਦਾ, ਪਰ ਇਹ ਪੱਕੇ ਤੌਰ 'ਤੇ ਉਹ ਲੱਕੜ ਲਾ ਕੇ ਬੰਦ ਕੀਤਾ ਹੋਇਆ।
ਓਕੇ ਜਗਾਲੋ ਬਾਈ ਲਾਈਟ ਲਾਈਟ ਹੈ ਨਹੀਂ ਠੀਕ ਹੈ ਵੀਰੇ ਥਾਂ ਥਾਂ 'ਤੇ ਘਰ ਦੇ ਵਿੱਚ ਫੋਟੋਆਂ ਰੱਖੀਆਂ ਹੋਈਆਂ ਨੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਤਿੰਨ ਕਮਰੇ ਨੇ ਆਹ ਸਾਹਮਣੇ ਹੇਠਾਂ ਇੱਕ ਆ ਲੋਬੀ ਅਤੇ ਉੱਤੇ ਵੀ ਹੈਗਾ ਛੱਤ ਚੁਬਾਰਾ ਵੀ ਹੈਗਾ ਉੱਤੇ ਬੱਤੀ ਨਹੀਂ ਜਗਦੀ ਇਹਦੀ ਇਹਦੀ ਆਪਦੀ ਬੱਤੀ ਹੁਣ ਜਗ ਪਈ ਮਤਲਬ ਮੂਹਰੇ ਇਹਨੂੰ ਹਨੇਰਾ ਦਿਖਾਉਣਾ ਪੈਂਦਾ ਪਹਿਲਾਂ ਫਿਰ ਜਗਦੀ ਹੈ ਬੱਤੀ ਇਹਦੀ ਹਾਂ ਆ ਜਿਹੜਾ ਮੁੱਖ ਗੇਟ ਆ ਇਹਦੇ ਨਾਲ ਹੀ ਆ ਪੌੜੀਆਂ ਚੜ੍ਹਦੀਆਂ ਤਾਂ ਨੂੰ ਚੁਬਾਰੇ ਵੱਲ ਨੂੰ ਤੰਗ ਆ ਗਲੀ ਇਹ ਥੋੜ੍ਹੀ ਜਿਹੀ ਸਾਰਾ ਬਾਈ ਅੰਟੀਕ ਸਮਾਨ ਹੀ ਲਾਇਆ ਹੋਇਆ ਹਨਾ ਸੁੱਚਾ ਸੱਚਾ ਤੇ ਹੋਰ ਅੱਛਾ ਸ਼ਮਿੰਦਰ ਬਾਈ ਇਹ ਦੱਸੋ ਇਹਦੀ ਤੁਹਾਡੇ ਪਿੰਡ ਦੀ ਵੋਟ ਕਿੰਨੀ ਕਾ ਬਾਈ 2800 ਦੇ ਆਸ ਪਾਸ ਵੋਟ ਆ ਪਿੰਡ ਦੀ 2800 ਖਾਸਾ ਪਿੰਡ ਆ ਫਿਰ ਤਾਂ ਬਾਈ ਵੱਡਾ ਹਾਂ ਵੀਰੇ ਆਪਣੇ ਏਰੀਏ ਚ ਪਿੰਡ ਕਾਫੀ ਵੱਡਾ ਮੰਨਿਆ ਜਾਂਦਾ ਜਿਵੇਂ ਤੁਹਾਡੇ ਜਿਹੜੇ ਏਰੀਏ ਨੇ ਮੋਗੇ ਏਰੀਆ ਉੱਧਰ ਤਾਂ ਇਹ ਨਾਰਮਲ ਆ ਇੰਨੀ ਵੋਟ ਪਿੰਡ ਦੇ ਸਾਡੇ ਬਠਿੰਡੇ ਵਾਲੇ ਹਾਂ ਹੈਗੇ ਆ 4-4 5-5000 ਵੋਟ ਵਾਲੇ ਪਿੰਡ ਆ ਠੀਕ ਆ ਆ ਚੁਬਾਰੇ ਦੇ ਵਿੱਚ ਵੀ ਉਸੇ ਤਰ੍ਹਾਂ ਫੋਟੋਆਂ ਰੱਖੀਆਂ ਹੋਈਆਂ ਅਤੇ ਬਾਕੀ ਕਣੀਆਂ ਆ ਜਾਂਦੀਆਂ ਬਾਈ ਹੈ ਦੁਬਾਰੇ ਰਹਿ ਪਿਆ ਸਰਾਭਾ ਪਿੰਡ ਆ ਸ਼ਮਿੰਦਰ ਆ ਸਾਰੇ ਗਰੇ ਵਾਲਾ ਬਾਈ ਇੱਥੇ ਸਾਰੇ ਗਰੇ ਵਾਲਾ ਬਾਈ ਠੀਕ ਆ ਗਰੇ ਵਾਲਾਂ ਦਾ ਇਧਰਲੀ ਨਦ ਦਾ ਲਾਸਟ ਪਿੰਡ ਆ ਠੀਕ ਆ ਇੱਕ ਬਾਈ ਤੁਸੀਂ ਦੱਸਿਆ ਸੀਗਾ ਪਿੰਡ ਦਾ ਨਾਮ ਸਰਾਭਾ ਇਹਦੇ ਪਿੱਛੇ ਵੀ ਇੱਕ ਨਿੱਕਾ ਜਿਹਾ ਕਾਰਨ ਸੀ ਹਾਂਜੀ 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 ਇਹ ਨਾ ਸਰਾਭਾ ਪਿੰਡ ਦੇ ਜਿਹੜੀ ਮਤਲਬ ਇਹਨੂੰ ਨਾਮ ਧਰਿਆ ਸੀਗਾ ਦੋ ਭਰਾ ਸੀਗਾ ਸੱਦਾ ਤੇ ਰਾਮਾ ਠੀਕ ਸਾਡੇ ਪਿੰਡ ਦੇ ਵਿੱਚ ਨਾ ਸਾਡੇ ਪਿੰਡ ਦੀਆਂ ਦੋ ਪੱਤੀਆਂ ਨੇਗੀਆਂ ਸੱਦੇ ਪੱਤੀ ਤੇ ਰਾਮਾ ਪੱਤੀ ਉਹ ਦੋਨਾਂ ਭਰਾਵਾਂ ਦੇ ਨਾਮ ਤੇ ਵਸੀਆਂ ਹੋਈਆਂ ਨੇ ਤੇ ਉਹਨਾਂ ਦੋਵਾਂ ਭਰਾਵਾਂ ਦੇ ਨਾਮ ਦਾ ਪਹਿਲਾ ਅੱਖਰ ਲੈ ਕੇ ਤੇ ਭਾਈ ਦਾ ਪਹਿਲਾ ਅੱਖਰ ਲੈ ਕੇ ਪਿੰਡ ਦਾ ਨਾਮ ਰੱਖਿਆ ਗਿਆ ਸਰਾਭਾ ਠੀਕ ਆ ਸੱਦਾ ਰਾਮਾ ਭਾਈ ਵੱਡਾ ਨਾਮ ਮਤਲਬ ਕਿ ਇਹਨਾਂ ਨੂੰ ਸਰਾਭੇ ਪਿੰਡ ਦੀ ਜਦੋਂ ਮੈਂ ਦੱਸਿਆ ਨਾ ਘਰੋਂ ਫੋਨ ਆਇਆ ਬੇਬੇ ਕਿੱਥੇ ਆ ਮੈਂ ਕਿਹਾ ਸਰਾਭੇ ਉਹ ਪਤਾ ਲੱਗ ਗਿਆ ਵੀ ਹਾਂ ਸਰਾਭੇ ਤੁਸੀਂ ਉਹ ਸਰਾਭੇ ਹੋ ਨਹੀਂ ਇਹ ਤਾਂ ਬਾਈ ਦੇਖੋ ਪਤਾ ਕੀ ਹੁੰਦਾ ਇਹ ਤਾਂ ਚਲੋ ਤੁਸੀਂ ਤਾਂ ਪੰਜਾਬ ਦੇ ਵਿੱਚੋਂ ਆਏ ਹੋ ਹਨਾ ਇਹ ਤਾਂ ਤੁਸੀਂ ਨਾ ਜੇ ਕਿਤੇ ਕਲਕੱਤੇ ਜਾ ਕੇ ਬੰਗਾਲ ਜਾ ਕੇ ਵੀ ਕਹਿ ਦੋ ਨਾ ਵੀ ਅਸੀਂ ਸਰਾਭੇ ਤੋਂ ਆਏ ਆ ਤੁਹਾਨੂੰ ਜੇ ਵੀ ਪੰਜਾਬੀ ਬੰਦਾ ਵਾ ਤਾਂ ਉਹ ਜਾਣਦਾ ਜ਼ਰੂਰ ਹੋਊਗਾ ਜਾਣਦਾ ਹੋਊਗਾ ਕਿਤੇ ਨਾ ਕਿਤੇ ਨਹੀਂ 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 ਵੱਡੀ ਗੱਲ ਜਾ ਕੇ ਇਟਲੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਤੁਹਾਨੂੰ ਪਾਗਲ ਆ ਕੋਈ ਬੰਦਾ ਮਿਲ ਜਾਵੇ ਪੰਜਾਬੀ ਮਿਲ ਜਾਵੇ ਉਹਨੂੰ ਕਹਿ ਦੋ ਯਾਰ ਵੀ ਅਸੀਂ ਸਰਾਭੇ ਪਿੰਡ ਤੋਂ ਆਏ ਆ ਉਹ ਐਂ ਲੱਗਦਾ ਹੁੰਦਾ ਵੀ ਹੱਥਾਂ ਤੇ ਚੱਕ ਲੈਂਦੇ ਆ ਉਹ ਜਾਣੀ ਅਹਿਸਾਸ ਆ ਜਿਹੜਾ ਮੇਰੇ ਖਿਆਲ ਦੇ ਨਾਲ ਸ਼ਾਇਦ ਕਿਸੇ ਅਸੀਂ ਹੋਰ ਪਿੰਡ ਦੇ ਵਿੱਚ ਜੰਮਦੇ ਤਾਂ ਸ਼ਾਇਦ ਨਾ ਮਿਲਦਾ ਉਹ ਅਹਿਸਾਸ ਨਾ ਮਿਲਦਾ ਉਹ ਅਹਿਸਾਸ ਉਹ ਜੋ ਅਸੀਂ ਮਹਿਸੂਸ ਕਰਦੇ ਨਾ ਅੰਦਰੋਂ ਉਸ ਟਾਈਮ ਜਦੋਂ ਵੀ ਸਰਾਭੇ ਤੋਂ ਆਏ ਹੋ ਯਾਰ ਬਾਬਾ ਜੀ ਦਾ ਵੀ ਨਾਂ ਲੈ ਲੈਣਾ ਵੀ ਸਰਾਭਾ ਬਾਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਪਿੰਡ ਜਦੋਂ ਕਈ ਵਾਰੀ ਆਏ ਹੁੰਦਾ ਜਦੋਂ ਨਾਂ ਲੈਂਦਾ ਨਾ ਅਗਲਾ ਕਹਿੰਦਾ ਬਾਈ ਇੰਨੀ ਤਾਂ ਦੱਸਣ ਦੀ ਲੋੜ ਹੀ ਨੀ ਹਾਂ ਮੈਂ ਵੀ ਤੈਨੂੰ ਇਹੀ ਕਿਹਾ ਸੀ ਨਾ ਵੀ ਇਹ ਦੱਸਣ ਦੀ ਲੋੜ ਨੀ ਸਾਰਾ ਨਗਰ ਇਕੱਠਾ ਹੋ ਕੇ ਸਾਰੇ ਇੱਥੇ ਸੇਵਾ ਕਰਦੇ ਆ ਤਿੰਨ ਦਿਨ ਸਾਡੇ ਮਤਲਬ ਸਾਡੇ ਪਾਸੇ ਦੇ ਵਿੱਚ ਤਾਂ ਜਿੱਥੇ ਸਾਹਿਬ ਦੇ ਘਰ ਰੇਡ ਦੇ ਘਰਾਂ ਦੇ ਵਿੱਚ ਰੋਟੀ ਵੀ ਕਿਸੇ ਦੇ ਘਰ ਨਹੀਂ ਪੱਕਦੀ ਸਾਰੇ ਇੱਥੇ ਸੇਵਾ ਕਰਦੇ ਨੇ ਸਾਰੇ ਪਿੰਡ ਨੂੰ ਇੱਥੇ ਰੋਟੀ ਜਾਂਦੀ ਆ ਠੀਕ ਆ ਕੋਈ ਰੋਕ ਟੋਕ ਨਹੀਂ ਖੁੱਲ੍ਹਾ ਸੱਦਾ ਹੁੰਦਾ ਖੁੱਲ੍ਹੇ ਦਾ ਭੰਡਾਰੇ ਹੁੰਦੇ ਲੰਗਰਾਂ ਦੇ ਅਤੇ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਅਤੇ ਸਾਰਾ ਪਿੰਡ ਪੂਰਾ ਹੁੰਮ ਹੁਮਾ ਕੇ ਪਹੁੰਚਦਾ ਜੀ ਜਾਣੀ ਸਾਡੇ ਜੀ ਦੇਖੋ 16 ਨਵੰਬਰ ਦੀ ਵਰਸੀ ਹੁੰਦੀ ਆ ਬਾਈ ਜੀ ਉਦੋਂ ਨਾ ਆਮ ਤੌਰ 'ਤੇ ਆਪਣੇ ਐੱਨ ਆਰ ਏ ਵੀਰ ਪੰਜਾਬ ਨੂੰ ਆਉਂਦੇ ਨੇ ਸਾਰੇ ਠੰਡ ਚ ਕਿਉਂਕਿ ਠੰਡ ਹੁੰਦੀ ਆ ਹੈ ਨਾ ਬਰਫਾਂ ਬੁਰਫਾਂ ਪੈਂਦੀਆਂ ਕੰਮ ਕਾਰ ਬੰਦ ਹੋ ਜਾਂਦੇ ਆ ਕਿਸੇ ਦਾ ਵਿਆਹ ਮੰਗਣਾ ਸਾਡੇ ਪਿੰਡ ਦੇ ਵਿੱਚ ਕੋਈ ਮਰਗ ਹੋ ਜਾਏ ਤਾਂ ਕੀ ਕਹਿਣਾ ਤੂੰ ਖੁਸ਼ੀ ਦਾ ਪ੍ਰੋਗਰਾਮ 16 ਨਵੰਬਰ ਨੂੰ ਨਹੀਂ ਕੀਤਾ ਜਾਂਦਾ ਨਾ ਕੋਈ ਵਿਆਹ ਰੱਖਿਆ ਜਾਂਦਾ ਨਾ ਕੋਈ ਮੰਗਣਾ ਰੱਖਿਆ ਜਾਂਦਾ ਵਾ ਉਹਨਾਂ ਪੰਜ ਉਸ ਇੱਕ ਹਫ਼ਤੇ ਦੇ ਲਈ ਸਾਡੇ ਪਿੰਡ ਦੇ ਵਿੱਚ ਸਾਰੇ ਪ੍ਰੋਗਰਾਮ ਬੰਦ ਹੁੰਦੇ ਨੇ ਸਭ ਦਾ ਇਹ ਕੰਮ ਹੁੰਦਾ ਪੱਠੇ ਵੀ ਬਾਈ ਤਿੰਨ ਤਿੰਨ ਦਿਨ ਦੇ ਮੁੰਡੇ ਇਕੱਠੇ ਹੀ ਵੜ ਦਿੰਦੇ ਆ ਠੀਕ ਆ ਵੀ ਯਾਰ ਫਿਰ ਖੇਡਾਂ ਦੇਖਣੀਆਂ ਨੇ ਟੂਰਨਾਮੈਂਟ ਦੇਖਣੇ ਨੇ ਬਿਲਕੁਲ ਟੂਰਨਾਮੈਂਟ ਬਾਈ ਮਤਲਬ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਨੈਸ਼ਨਲ ਪੱਧਰ ਦਾ ਟੂਰਨਾਮੈਂਟ ਆ ਪਰ ਪੰਜਾਬ ਦਾ ਨਾਮੀ ਟੂਰਨਾਮੈਂਟ ਹੁੰਦਾ ਅਤੇ ਫੁੱਟਬਾਲ ਦੀਆਂ ਹਾਕੀ ਦੀਆਂ ਝੋਟੀ ਦੀਆਂ ਟੀਮਾਂ ਖੇਡਦੀਆਂ ਨੇ ਖੁੱਲ੍ਹੇ ਨਾਮ ਦਿੰਦੇ ਆ ਬਹੁਤ ਵਧੀਆ ਪ੍ਰਬੰਧ ਹੁੰਦੇ ਨੇ ਅਤੇ ਸਰਾਭੇ ਦਾ ਜਿਹੜਾ ਟੂਰਨਾਮੈਂਟ ਹੈ ਤੁਸੀਂ ਜੇ ਕਿਤੇ ਤੁਹਾਨੂੰ ਕਿਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਰੈਫਰੀ ਮਿਲਣ ਪੰਜਾਬ ਹਾਕੀ ਐਸੋਸੀਏਸ਼ਨ ਦੇ ਰੈਫਰੀ ਮਿਲਣ ਕਿਤੇ ਜਿਹੜੇ ਸਰਕਾਰ ਵੱਲੋਂ ਅਪੁਆਇੰਟ ਹੁੰਦੇ ਨੇ ਉਹ ਕਹਿੰਦੇ ਮੰਨਦੇ ਨੇ ਵੀ ਕਿਤੇ ਸਰਕਾਰ ਵਾਲੇ ਪ੍ਰੋਗਰਾਮ ਦੇ ਵਿੱਚ ਤਾਂ ਖਾਮੀ ਰਹਿ ਜੂਗੀ ਪਰ ਸਰਾਭੇ ਵਾਲਿਆਂ ਦੇ ਟੂਰਨਾਮੈਂਟ 'ਚ ਕਦੇ ਕਿਸੇ ਗੱਲ ਦੀ ਖਾਮੀ ਨਹੀਂ ਹੁੰਦੀ ਸਹੀ ਗੱਲ ਹੈ ਪ੍ਰਬੰਧਾਂ ਦੀ
ਰੂਲ ਰੈਗੂਲੇਸ਼ਨ ਦੀ ਚਾਹੇ ਸਾਡੇ ਦੀ ਸਾਡੇ ਪਿੰਡ ਦੀ ਟੀਮ ਨੇ ਮੰਨ ਲਓ ਕੋਈ ਗਲਤੀ ਕਰਤੀ ਤਾਂ ਉਹਨਾਂ ਦਾ ਉਹਨਾਂ ਨੂੰ ਇਨਵੈਸਟੀਗੇਟ ਕਰਨਾ ਵਾ ਤਾਂ ਇੱਕ ਸਕਿੰਟ ਲਈ ਵੀ ਸੋਚਿਆ ਨਹੀਂ ਜਾਂਦਾ ਇਨਵੈਸਟੀਗੇਟ ਹੈ ਬਾਹਰਲੇ ਪਿੰਡ ਤੱਕ ਇਹ ਲਿਹਾਜ਼ਦਾਰੀਆਂ ਚੱਲ ਪੈਂਦੀਆਂ ਨੇ ਨਾ ਵੀ ਯਾਰ ਇਹ ਤਾਂ ਆਪਣੇ ਪਿੰਡ ਦੇ ਨੇ ਨਾਲ ਦੇ ਪਿੰਡ ਦੇ ਨੇ ਕਾਹਨੂੰ ਕੋਈ ਸਾਡੇ ਨਹੀਂ ਬਈ ਪਰ ਤਾਂ ਬਹੁਤ ਵਧੀਆ ਤਰੀਕੇ ਨਾਲ ਕਲੱਬ ਬਹੁਤ ਵਧੀਆ ਕੰਮ ਕਰਦਾ ਬਹੁਤ ਜ਼ਿਆਦਾ ਵਧੀਆ ਅੱਛਾ ਇਹ ਤਾਂ ਆਪਣਾ ਸ਼ਮਿੰਦਰ ਘਰ ਹੋ ਗਿਆ ਹਨਾ ਬਾਬਾ ਜੀ ਦਾ ਤੇ ਹੋਰ ਵੀ ਯਾਦਗਾਰ ਬਣੀ ਹੋਈ ਹੈ ਪਿੰਡ 'ਚ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਵੀਰੇ ਗਰਾਊਂਡ ਦੇ ਸਾਹਮਣੇ ਬਾਬਾ ਜੀ ਦੀ ਯਾਦਗਾਰ ਬਣੀ ਹੋਈ ਹੈ ਠੀਕ ਆ ਵੀਰੇ ਜਿਵੇਂ ਇਹ ਪੁਰਾਣਾ ਘਰ ਆ ਇਹਦੀ ਮੁਰੰਮਤ ਹੁੰਦੀ ਰਹਿੰਦੀ ਆ ਉਹ ਜਿਵੇਂ ਕੀ ਰੋਸ਼ਨ ਦਾਨ ਛੱਡੇ ਹੋਏ ਆ ਛੱਤ ਦੇ ਵਿਚਾਲੇ ਆ ਅਤੇ ਤਾਂ ਇਹਨਾਂ ਦਾ ਮੀਂਹ ਵੱਲੋਂ ਵੀ ਇਹ ਔੜੇ ਬੈਠੇ ਸੀਗੇ ਮੀਂਹ ਵੀ ਪੈਣ ਲੱਗ ਗਿਆ ਬਾਬਾ ਜੀ ਅਤੇ ਆਹ ਪਿੰਡ ਸਰਾਭਾ ਚੱਲੀਏ ਵੀਰੇ ਆਪਾਂ ਫਿਰ ਉੱਧਰ ਨੂੰ ਇਹ ਘਰ ਦਾ ਬਾਹਰਲਾ ਪਾਸਾ ਜਾਲੀ ਬਣੀ ਹੋਈ ਆ ਪਿੰਡ ਸਰਾਭਾ ਉਹ ਸਾਹਮਣੇ ਉੱਧਰ ਮੰਦਰ ਆ ਜਿੱਥੇ ਝੰਡਾ ਝੁੱਲੀ ਜਾਂਦਾ ਅਤੇ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਨਿਸ਼ਾਨ ਸਾਹਿਬ ਅਜੇ ਸਾਈਨ ਕਰਾ ਰਹੇ ਨੇ ਭਾਈ ਐਡਾ ਇਤਿਹਾਸ ਲਿਖਿਆ ਗਿਆ ਇੱਕ ਬਲਦੇਵ ਭਾਈ ਜੇ ਕਿਸੇ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਪੜ੍ਹਨਾ ਤਾਂ ਉਹ ਕਿਤਾਬਾਂ ਦੱਸ ਬਾਈ ਜਿਹੜੀਆਂ ਪਿਛਲੇ ਚ ਨਹੀਂ ਜਾ ਰਹੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਇੱਕ ਨਵੇਂ ਤਰੀਕੇ ਨਾਲ ਉਹਦੀ ਜਿਹੜੀ ਆਇਡੀਓਲੋਜੀ ਨੂੰ ਪੇਸ਼ ਕੀਤਾ ਤਾਂ ਉਹ ਅਜਮੇਰ ਸਿੰਘ ਦੀ ਕਿਤਾਬ ਵਾ ਤੂਫਾਨਾਂ ਦਾ ਸ਼ਾਹ ਸਵਾ ਜਿਹੜੀ ਸਭ ਤੋਂ ਲੇਟੈਸਟ ਕਿਤਾਬ ਵਾ ਅਜਮੇਰ ਸਿੰਘ ਹੋਣਾ ਦੀ ਕਿਤਾਬ ਆ ਤੂਫਾਨਾਂ ਦਾ ਸ਼ਾਹ ਸਵਾਰ ਉਹ ਨਵੀਂ ਕਿਤਾਬ ਆ ਜੇ ਕੋਈ ਪੂਰੀ ਡੰਗਾਈ ਨਾਲ ਪੜ੍ਹਨਾ ਚਾਹੁੰਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਬਾਰੇ ਉਹ ਪੜ੍ਹ ਸਕਦਾ ਲਿਖ ਦਈਏ ਬਾਈ ਘਰ ਤੋਂ ਬਾਅਦ ਹੁਣ ਆਪਾਂ ਆ ਗਏ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਪਿੰਡ ਸਰਾਭਾ ਇਹ ਖੇਡ ਮੈਦਾਨ ਬਣਿਆ ਹੋਇਆ ਪਿੰਡ ਦਾ ਠੀਕ ਆ ਨਾ ਅਤੇ ਉਹ ਸਾਹਮਣੇ ਇੱਕ ਯਾਦਗਾਰ ਬਣੀ ਹੋਈ ਆ ਉੱਧਰ ਵੀ ਚੱਲਾਂਗੇ ਸਾਹਮਣੇ ਉੱਤੇ ਗਦਰ ਪਾਰਟੀ ਦਾ ਝੰਡਾ ਝੁੱਲੀ ਜਾਂਦਾ ਸਰਾਭੇ ਬਾਈ ਸ਼ਹੀਦ ਕਰਤਾਰ ਸਿੰਘ ਸਰਾਭਾ ਹੁਣ ਕਵੀ ਵੀ ਸੀਗੇ ਜਿਹੜੀਆਂ ਉਹ ਲਾਈਨਾਂ ਬਾਹਲੀਆਂ ਚੱਲਦੀਆਂ ਉਹ ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਿਖਾਲੀਆਂ ਨੇ ਉਦੋਂ ਬਾਅਦ ਇੱਕ ਦੇਵ ਉਹ ਹੁੰਦੀ ਆ ਆਪਾਂ ਨੂੰ ਸਕੂਲ ਸਿਲੇਬਸ 'ਚ ਹੁੰਦੀ ਸੀ ਕਵਿਤਾ ਉਹ ਕਿਹੜੀ ਸੀਗੀ ਅਖੀਰਲੇ ਪੇਜ ਤੇ ਹੁੰਦੀ ਸੀ ਹਿੰਦਵਾਸੀ ਉਹ ਰੱਖਣਾ ਯਾਦ ਸਾਨੂੰ ਕਦੇ ਦਿਲਾਂ 'ਚੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਚੜ੍ਹਨ ਫਾਂਸੀ ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ ਸਾਡੀ ਮੌਤ ਦੇ ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ ਦੇਸ਼ ਵਾਸੀ ਉਹ ਚਮਕਣਾ ਚੰਦ ਵਾਂਗੂ ਕਦੇ ਬੱਦਲਾਂ ਹੇਠ ਨਾ ਆ ਜਾਣਾ ਅੱਗੇ ਵੀ ਹੁੰਦਾ ਬਾਬਾ ਜੀ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਦੇਸ਼ ਵਾਸੀ ਕੀ ਆਪਾਂ ਨੂੰ ਸਕੂਲੀ ਸਿਲੇਬਸ ਹੁੰਦੀ ਸੀ ਮੈਨੂੰ ਲੱਗਦਾ ਯਾਦ ਕਰ ਲਾਂਗੇ ਦੁਬਾਰਾ ਹਨਾ ਜਵਾਨੀ ਦੇਸ਼ ਵਾਸੀ ਉਹ ਦਿਲ ਨਾਲ ਢਾ ਜਾਣਾ ਯਾਰ ਚੀਜ਼ ਯਾਦ ਆ ਜਾਂਦੀ ਹੈ ਪੂਰੀ ਕਰ ਲਈ ਅਸਲ ਚ ਸ਼ਮਿੰਦਰ ਤੈਨੂੰ ਪਤਾ ਆਪਣੇ ਉਧਰ ਬਾਬੂ ਰਾਜਵਾਲੀ ਖਾਨ ਬਹੁਤ ਸੁਣਿਆ ਲੋਕਾਂ ਨੇ ਹਨਾ ਐਵੇਂ ਜਦੋਂ ਕੋਈ ਬਾਬੂ ਰਾਜਵਾਲੀ ਖਾਨ ਦੀ ਕੋਈ ਛੰਦ ਛੇੜ ਲੈਂਦਾ ਨਾ ਬੰਦਾ ਭੁੱਲਦਾ ਬੰਦਾ ਉਹ ਵੀ ਪੂਰਾ ਕਰ ਲੈਂਦਾ ਬਾਬੂ ਰਾਜਵਾਲੀ ਖਾਨ ਨਾ ਨਾ ਬਾਬੂ ਰਾਜਵਾਲੀ ਖਾਨ ਪਿੰਡ ਸਾਹੋ ਕੇ ਅਸਲ ਚ ਬਾਈ ਅਸੀਂ ਨਾ ਆਪਣੇ ਥੋੜਾ ਜਿਹਾ ਨਾ ਸਾਹਿਤ ਤੋਂ ਦੂਰ ਹੋ ਗਏ ਮੇਰੇ ਖਿਆਲ ਦੇ ਨਾਲ ਮੈਂ ਤਾਂ ਬਾਈ ਦੀ ਲਾਇਬ੍ਰੇਰੀ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਵੀ ਯਾਰ ਵੀ ਬਾਈ ਦੀ ਇੱਕ ਪੋਸਟ ਸੀ ਨਾ ਵੀ ਕਦੇ ਇਹ ਨਾ ਸਮਝੋ ਵੀ ਸਾਈਕਲ ਚੱਕੀ ਫਿਰਦੇ ਨੇ ਬਹੁਤ ਕੁਛ ਲਈ ਬੈਠੇ ਆ ਹਨਾ ਵੀ ਚੱਕ ਵੀ ਇੱਧਰ ਨੂੰ ਤੁਰੇ ਫਿਰਦੇ ਪਹਾੜਾਂ 'ਚ ਸੈਰਾਂ ਕਰਦੇ ਇਹ ਨਹੀਂ ਹੈ ਵੀ ਹੋਰ ਵੀ ਬਹੁਤ ਕੁਛ ਲਈ ਬੈਠੇ ਆ ਤੇ ਵਾਕਈ ਲਈ ਬੈਠੇ ਦਾ ਮਤਲਬ ਹੈ ਕੁਛ ਮਤਲਬ ਬਾਈ ਦੀਆਂ ਗੱਲਾਂ 'ਚੋਂ ਵੀ ਮਹਿਸੂਸ ਹੁੰਦਾ ਆਪਾਂ ਜਦੋਂ ਖੜੇ ਆ ਸਰਾਭਾ ਬਾਈ ਦੇ ਘਰ ਦੇ ਉੱਪਰ ਉੱਥੇ ਜਦੋਂ ਗੱਲਾਂ ਚੱਲਦੀਆਂ ਸੀ ਉਹ ਕਿਤਾਬਾਂ ਬੋਲਦੀਆਂ ਸੀ ਬੰਦਾ ਨਹੀਂ ਬੋਲਦਾ ਬੰਦੇ ਨੇ ਕੀ ਪੜ੍ਹਿਆ ਉਹ ਬੋਲਦਾ ਹੈ ਬਿਲਕੁਲ ਬਿਲਕੁਲ ਇਹ ਵੀਰੇ ਉਹੀ ਰੋਡ ਆ ਜਿਹੜਾ ਲੁਧਿਆਣੇ ਤੋਂ
ਰਾਏਕੋਟ ਨੂੰ ਜਾਂਦਾ ਲੁਧਿਆਣਾ ਰਾਏਕੋਟ ਕਰਤਾਰ ਸਿੰਘ ਸਰਾਭਾ ਮਾਰਗੋ ਬਾਬਾ ਜੀ ਦਾ ਬੁੱਤ ਹੈ ਤੇ ਇੱਧਰ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਤੇ ਹਸਪੀਟਲ ਵੀ ਹੈ ਠੀਕ ਹੈ ਵੀਰੇ ਤੁਸੀਂ ਦੱਸਿਆ ਤੁਹਾਡੇ ਪਿੰਡਾਂ ਦੇ ਲੋਕ ਨੌਕਰੀ ਪੇਸ਼ਾ ਜ਼ਿਆਦਾ ਸ਼ੁਰੂ ਤੋਂ ਹਾਂਜੀ ਵੀਰੇ ਚਮਿੰਡਾ ਜਿਵੇਂ ਜਿਵੇਂ ਆਪਾਂ ਘੁੰਮਦੇ ਜਾਂਦੇ ਹਾਂ ਪਿੰਡ ਦੇ ਉੱਤੋਂ ਦੀ ਚਮਿੰਡਾ ਫਿਰ ਗੁਜਰਵਾਲਾ ਜਾਣਾ ਜੀ ਫਿਰ ਸ਼ਾਹਪੁਰਾ ਜਾਣਾ ਜੀ ਡਾਂਗੋ ਫੁੱਟਬਾਲ ਬੜੀ ਮਸ਼ਹੂਰ ਹੈ ਡਾਂਗੋ ਦੀ ਤੇ ਨਾਲ ਅੱਗੇ ਪਖਵਾੜਾ ਜਾਣਾ ਜੀ ਇੱਧਰਲੇ ਪਾਸੇ ਆਪਣੇ ਪਿੰਡ ਨੀਲਾਂ ਜਾਣਾ ਜੀ ਇੱਕ ਤਾਂ ਲੀਲਾ ਜਗਰਾਉਂ ਦੇ ਕੋਲ ਇਹਨੇ ਮੇਘ ਸਿੰਘ ਹਾਂਜੀ ਉਹ ਨੀਲਾ ਨਹੀਂ ਇਹ ਪਿੰਡ ਲੀਲ ਹੈ ਠੀਕ ਹੈ ਬਾਈ ਲੀਲ ਲੱਲੇ ਨੂੰ ਵਿਹਾਰੀ ਲੱਲਾ ਹੋਇਆ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਦੁੱਧ ਪਿਲਾਇਆ ਸੀ ਜਦੋਂ ਉਹਨਾਂ ਦੀ ਫਾਂਸੀ ਹੋਣ ਤੋਂ ਪਹਿਲਾਂ ਇੱਥੋਂ ਲੀਲਾਂ ਦੇ ਹੀ ਸੀਗੇ ਨਾ ਬਾਈ ਬਾਬਾ ਚੂੜ ਸਿੰਘ ਜਿਨ੍ਹਾਂ ਨੇ ਦੱਸਿਆ ਸੀਗਾ ਵੀ ਭਗਤ ਸਿੰਘ ਤੈਨੂੰ ਅੱਜ ਹੀ ਫਾਂਸੀ ਦੇ ਦੇਣੀ ਹੈ ਵੀ ਪਹਿਲਾਂ ਦੁੱਧ ਪੀ ਲੈ ਮੈਂ ਤੈਨੂੰ ਗੱਲ ਬਾਅਦ 'ਚ ਦੱਸੂੰਗਾ ਠੀਕ ਹੈ ਉਹਨਾਂ ਨੇ ਇਹ ਗੱਲ ਬਾਅਦ 'ਚ ਦੱਸੀ ਸੀ ਪਹਿਲਾਂ ਕਹਿੰਦੇ ਦੁੱਧ ਪੀਓ ਰੋਜ਼ ਦੁੱਧ ਪਿਲਾਉਂਦੇ ਹੁੰਦੇ ਸੀ ਉਹਨਾਂ ਨੂੰ ਠੀਕ ਹੈ ਇਹਦੇ ਨਾਲ ਲੀਲਾਂ ਦੇ ਫਿਰ ਬਾਈ ਟੂਸੇ ਟੂਸੇ ਦੇ ਨਾਲ ਰੱਤੋਵਾਲ ਇਹ ਸਾਡੇ ਪਿੰਡ ਨੂੰ ਜਿਹੜੇ ਆਲੇ ਦੁਆਲੇ ਪਿੰਡ ਲੱਗਦੇ ਆ ਜੀ ਠੀਕ ਹੈ ਬਾਈ ਪਿੰਡ ਦੇ ਵਿੱਚ ਬਾਰ ਬਾਰ ਫਿਰਨੀ 'ਤੇ ਬਣਿਆ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਸ਼ਹੀਦੀ ਸਮਾਰਕ ਅਤੇ ਲਾਇਬ੍ਰੇਰੀ ਇਹ ਕਿਹੜੇ ਸਾਲ 'ਚ ਬਣਿਆ ਜੀਤ ਬਾਈ ਇਹ ਬਾਈ 2000 ਬਣਿਆ ਦਾ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਬਣਿਆ ਬਾਈ ਇਹ 2000 ਦੇ ਵਿੱਚ ਨਹੀਂ ਨਹੀਂ ਉਦੋਂ ਬਾਅਦ ਬਣਿਆ ਇਹ 2002 ਤੋਂ 7 ਵਾਲੇ ਹਾਂ ਉਹਦੇ ਵਿੱਚ ਦੂਜੀ ਟਰਮ ਦੇ ਵਿੱਚ ਬਣਿਆ ਜੀ ਦੂਜੀ ਟਰਮ ਦੇ ਵਿੱਚ ਬਣਿਆ ਇਹ ਐਗਜ਼ੈਕਟ ਤਰੀਕਾਂ ਦੇ ਅੰਦਰ ਬੋਰਡ ਲੱਗੇ ਹੋਏ ਨੇ ਠੀਕ ਆ ਸ਼ਮਿੰਦਰ ਉਹ ਦੂਜਾ ਤਿੰਨ ਸ਼ਹੀਦ ਪਿੰਡ ਦੇ ਉਹਨਾਂ ਦਾ ਬਣਿਆ ਹੋਇਆ ਪਿੰਡ ਦੇ ਤਿੰਨ ਸ਼ਹੀਦ ਸ਼ਹੀਦ ਰੁਲੀਆ ਸਿੰਘ ਸਰਾਭਾ ਸ਼ਹੀਦ ਤੇਜਾ ਸਿੰਘ ਸਫਰੀ ਸਰਾਭਾ ਸ਼ਹੀਦ ਪ੍ਰੇਮ ਸਿੰਘ ਸਰਾਭਾ ਅਤੇ ਚੌਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣੀ ਇਸ ਪਿੰਡ ਦੀ ਉਹ ਇੱਕ ਵੱਡਾ ਬਣੀ ਹੋਈ ਹੈ ਯਾਦਗਾਰ ਇਹ ਸ਼ਹੀਦ ਕਰਤਾਰ ਸਿੰਘ ਹੋਣਾ ਦਾ ਸ਼ਹੀਦੀ ਸਮਾਰਕ ਬਣਿਆ ਹੋਇਆ ਇਹ ਬਹੁਤ ਸ਼ਾਨਦਾਰ ਗੱਲਬਾਤ ਆ ਅਤੇ ਕਦੇ ਵੀ ਮੌਕਾ ਭਿੜੇ ਨਿਆਣਿਆਂ ਨਾਲ ਉਹਨਾਂ ਦੇ ਜੱਦੀ ਘਰ ਆਏ ਹੋ ਇਸ ਮਾਰਕ ਦੇਖਿਓ ਪਿੰਡ ਦੇਖਿਓ ਕਿਉਂਕਿ ਇਹਨਾਂ ਪਿੰਡਾਂ ਦੀ ਵਾਈ ਵੀ ਵੱਖਰੀ ਹੁੰਦੀ ਆ ਹੁਣ ਅਸੀਂ ਇੱਧਰ ਜਾ ਕੇ ਆਏ ਹਾਂ ਖੇਡ ਮੈਦਾਨ ਦੇ ਵਿੱਚ ਰੌਣਕਾਂ ਨੇ ਨਿੱਕੇ ਨਿੱਕੇ ਨਿਆਣੇ ਆ ਪੱਗਾਂ ਬੰਨੀਆਂ ਹੋਈਆਂ ਬਹੁਤ ਸੋਹਣਾ ਮਾਹੌਲ ਆ ਇੱਥੋਂ ਦਾ ਅਤੇ ਕਦੇ ਵੀ ਮੌਕਾ ਮਿਲੇ ਤਾਂ ਇਸ ਜਗ੍ਹਾ 'ਤੇ ਜ਼ਰੂਰ ਆਇਓ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਦੀ ਇਹ ਫੋਟੋ ਹਲੇ ਇਹਨਾਂ ਨੇ ਸਾਨੂੰ ਦੇਣੀ ਆ ਪਰ ਅਸੀਂ ਪਹਿਲਾਂ ਹੀ ਫੜ ਲਈਆਂ ਠੀਕ ਆ ਸ਼ਮਿੰਦਰ ਬਾਈ ਹਾਂਜੀ ਵੀਰੇ ਬਿਲਕੁਲ ਸਹੀ ਓਕੇ ਬਾਈ ਜੀ ਤਾਂ ਠੀਕ ਹੈ ਜੀ